ਮੈਂ ਬਹੁਤ ਜਗ੍ਹਾ ਚੀਜ਼ਾਂ ਦੇਖੀਆਂ, ਚੀਜ਼ਾਂ ਸੰਭਾਲੀਆਂ ਨਹੀਂ ਜਾਂਦੀਆਂ, ਸੰਭਾਲੀਆਂ ਨਹੀਂ ਜਾਂਦੀਆਂ, ਬਿਲਕੁਲ ਸਹੀ ਗੱਲ, ਬਿਲਕੁਲ। ਉਹਦੇ ਵਿੱਚ ਗੰਦ ਫਸਣ ਲੱਗ ਪਿਆ, ਕੋਈ ਕਰਮਚਾਰੀ ਨਹੀਂ ਰੱਖਿਆ ਤੁਸੀਂ, ਠੀਕ ਹੈ, ਇਦਾਂ ਦਾ ਕੁਝ ਹੁਣੇ ਸੋਚ ਕੇ ਲੈ ਕੇ ਚੱਲਦੇ। ਦੇਖੋ ਪੈਸੇ ਵੀ ਹੋ ਸਕਦੇ ਆ, ਸਭ ਕੁਝ ਹੋ ਸਕਦਾ, ਪਰ ਜਿਹੜੀ ਕੇਅਰ ਕਰਨੀ ਹੈ, ਧਿਆਨ ਦੇਣਾ, ਬਿਲਕੁਲ, ਉਸ ਲਈ ਸਾਡੇ ਸਾਨੂੰ ਮਾਣ ਹੈ ਕਿ ਸਾਡਾ ਛੋਟਾ ਵੀਰ ਵਿਚਿੱਤਰ ਸਿੰਘ ਜਿਹੜਾ ਬਹੁਤ ਜਿੰਨੀ ਜ਼ਿੰਮੇਵਾਰੀ ਦਿੱਤੀ ਉਸ ਜ਼ਿੰਮੇਵਾਰੀ ਤੋਂ ਵੱਧ ਜਾ ਕੇ ਕੰਮ ਕਰ ਰਿਹਾ। 50% ਜਿਹੜਾ ਆ ਉਹ ਨਗਰ ਵੱਲੋਂ ਜਾਂ NRA ਵੀਰਾਂ ਅਤੇ ਪਿੰਡ ਦੇ ਸਹਿਯੋਗ ਵੱਲੋਂ, ਅਤੇ 50% ਜਿਹੜਾ ਆ ਉਹ ਸਾਨੂੰ ਸਰਕਾਰ ਵੱਲੋਂ ਮਦਦ ਮਿਲਣੀ ਹੈ। ਅੱਜ ਮੈਂ ਆਇਆ ਜੀ ਪਿੰਡ ਧੁੱਗਾ ਕਲਾਂ, ਅਤੇ ਇਸ ਪਿੰਡ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਖਬਰ ਸੁਣੀ ਸੀ ਕਿ ਇੱਥੇ ਕਾਫੀ ਵੱਡਾ ਪ੍ਰੋਜੈਕਟ ਚੱਲ ਰਿਹਾ ਸੀਵਰੇਜ ਸਿਸਟਮ ਦਾ, ਸਾਰੇ ਪਿੰਡ ਦੇ ਵਿੱਚ ਸੀਵਰੇਜ ਵਿਛਾਇਆ ਜਾ ਰਿਹਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ, ਅਤੇ NRI ਦੇ ਸਹਿਯੋਗ ਨਾਲ, ਪਿੰਡ ਵਾਲਿਆਂ ਦੇ ਸਹਿਯੋਗ ਨਾਲ ਇਹ ਸੀਵਰੇਜ ਵਿਛਾਇਆ ਜਾ ਰਿਹਾ, ਅਤੇ ਉਹੀ ਸੀਵਰੇਜ ਤੁਹਾਨੂੰ ਦਿਖਾਉਣਾ ਆ ਕਿ ਇਹ ਸੀਵਰੇਜ ਜਿਹੜਾ ਆ ਕਿੰਨਾ ਖਰਚਾ ਆ ਰਿਹਾ ਇਹਦੇ ਵਿੱਚ, ਅਤੇ ਕਿੰਨੀ ਐਫਰਟ ਆ, ਅਤੇ ਕਿੰਨਾ ਟਾਈਮ ਲੱਗੇਗਾ ਇਸ ਨੂੰ। ਅਤੇ ਆਓ ਅਸੀਂ ਜਾਣਦੇ ਹਾਂ ਪਿੰਡ ਦੇ ਜੋ ਪਤਵੰਤੇ ਸੱਜਣ ਆ, ਜੋ ਇਸ ਕਮੇਟੀ ਦੇ ਮੈਂਬਰ ਆ, ਉਹਨਾਂ ਕੋਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਮੈਨੂੰ ਦੱਸੋ ਜੀ, ਜਿੱਦਾਂ ਇੱਥੇ ਧੁੱਗਾ ਕਲਾਂ ਦੇ ਵਿੱਚ ਸੀਵਰੇਜ ਵਿਛਾਇਆ ਜਾ ਰਿਹਾ ਇੱਥੇ, ਬਿਲਕੁਲ ਜੀ, ਅਤੇ ਮੈਂ 2 ਦਿਨ ਪਹਿਲਾਂ ਖਬਰ ਪੜ੍ਹੀ ਸੀ ਕਿ ਇਹ ਕਾਫੀ ਵੱਡਾ ਮਤਲਬ ਸਿਸਟਮ ਲੱਗ ਰਿਹਾ ਇੱਥੇ, ਅਤੇ ਮੈਨੂੰ ਇਸ ਬਾਰੇ ਦੱਸੋ ਕਿ ਕਦੋਂ ਦਾ ਕੰਮ ਚੱਲ ਰਿਹਾ, ਕਿੰਨਾ ਖਰਚਾ ਆਇਆ ਇਹਦੇ ਵਿੱਚ, ਅਤੇ ਕਿੱਥੋਂ ਕਿੱਥੋਂ ਤੁਹਾਡੀ ਮਦਦ ਹੋ ਰਹੀ ਆ, ਅਤੇ ਆਪਣੇ ਕਮੇਟੀ ਬਾਰੇ ਵੀ ਦੱਸਣਾ, ਜਿੱਦਾਂ ਕਿ ਕੌਣ ਕੌਣ ਜਿੱਦਾਂ ਮੈਂਬਰ ਹੈਗੇ ਸਾਡੀ ਜੀ। ਕਿਉਂਕਿ ਇਹ ਪ੍ਰੋਜੈਕਟ ਜਿਹੜੇ ਵੱਡੇ, ਪਿੰਡ ਵੀ ਵੱਡਾ ਆ, ਇਹ ਵੱਡੇ ਪ੍ਰੋਜੈਕਟਾਂ ਦਾ ਜਿਹੜਾ ਮੇਨ ਜੇ ਗੱਲ ਕਹੀਏ ਅਸੀਂ, ਸ਼ੁਰੂਆਤ ਜਿਹੜੀ ਹੈ ਤਾਂ NRI ਵੀਰਾਂ ਦੇ ਨਾਲ ਹੀ ਆਪਾਂ ਕਰ ਸਕਦੇ ਹਾਂ। ਪਿੰਡਾਂ ਦੇ ਵਿੱਚੋਂ ਇੰਨੀ ਕਲੈਕਸ਼ਨ ਕਰਕੇ ਵੱਡੇ ਪ੍ਰੋਜੈਕਟ ਨਹੀਂ ਕੀਤੇ ਜਾ ਸਕਦੇ, ਅਤੇ ਸਾਡੇ ਨਗਰ ਦੇ NRI ਵੀਰ ਜਿਹੜੇ ਪਿੰਡ ਦੇ ਲਈ ਸਦਾ ਹੀ ਕਾਫੀ ਅਗਾਂਹਵਧੂ ਕੰਮਾਂ ਦੀ, ਬੱਚਿਆਂ ਦੀ ਐਜੂਕੇਸ਼ਨ ਲਈ ਜਾਂ ਕੋਈ ਹੈਲਥ ਦਾ ਕੰਮ ਹੋਵੇ, ਸਪੋਰਟਸ ਦਾ ਕੰਮ ਹੋਵੇ, ਕਾਫੀ ਮਦਦ ਕਰਦੇ ਆ। ਤਾਂ ਉਹਨਾਂ ਦੇ ਵਿੱਚ ਸਾਡੇ ਡਾਕਟਰ ਗੁਰਪ੍ਰੀਤ ਸਿੰਘ ਜੀ ਆ USA ਤੋਂ, ਉਹਨਾਂ ਦੇ ਮਨ 'ਚ ਇੱਛਾ ਸੀ ਵੀ ਅਸੀਂ ਆਪਣੇ ਨਗਰ ਦੇ ਵਿੱਚ ਸੀਵਰੇਜ ਪਾਈਏ। 2 ਸਾਲ ਪਹਿਲਾਂ ਉਹਨਾਂ ਨੇ ਕਰੋਨਾ ਤੋਂ ਪਹਿਲਾਂ 1-2 ਨਗਰ ਦੇ ਵਿੱਚ ਮੀਟਿੰਗਾਂ ਕੀਤੀਆਂ, ਮੀਟਿੰਗਾਂ ਕਰਕੇ ਸਾਰੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਕਮੇਟੀ ਬਣਾਈ, ਔਰ ਕਮੇਟੀ ਸਾਡੀ ਧੁੱਗਾ ਵੈਲਫੇਅਰ ਸੁਸਾਇਟੀ ਰਜਿਸਟਰਡ ਹੈ, ਹਾਂਜੀ, ਉਸ ਕਮੇਟੀ ਦੀ ਜਗ੍ਹਾ 'ਤੇ ਕਿ ਪਿੰਡ ਧੁੱਗਾ ਕਲਾਂ ਦੇ ਵੈਲਫੇਅਰ ਵਾਸਤੇ ਆਪਾਂ ਜੋ ਵੀ ਕਰਨਾ ਉਸ ਕਮੇਟੀ ਦੇ ਅੰਡਰ ਰਹਿ ਕੇ ਕਰਨਾ, ਅਤੇ ਪਹਿਲਾ ਪ੍ਰੋਜੈਕਟ ਜਿਹੜਾ ਉਲੀਕਿਆ ਗਿਆ ਇਹ ਸੀਵਰੇਜ ਦਾ, ਜਿਹੜਾ ਟੋਟਲ ਸਾਡਾ ਜਿਹੜਾ ਟੋਟਲ ਬਜਟ ਹੈ ਜੀ ਇਹ 2 ਕਰੋੜ ਅਤੇ 3 ਲੱਖ ਦਾ। 2 ਕਰੋੜ 3 ਲੱਖ ਦੇ ਵਿੱਚ ਇਹਦਾ ਕੰਪਲੀਟ ਸਾਡਾ ਫਿਨਿਸ਼ਿੰਗ ਜਿਹੜੀ ਐਂਡ ਹੋਣੀ ਹੈ, ਉਹਦੇ ਵਿੱਚ 50% ਜਿਹੜਾ ਆ ਉਹ ਨਗਰ ਵੱਲੋਂ ਜਾਂ NRA ਵੀਰਾਂ ਅਤੇ ਪਿੰਡ ਦੇ ਸਹਿਯੋਗ ਵੱਲੋਂ, ਅਤੇ 50% ਜਿਹੜਾ ਆ ਉਹ ਸਾਨੂੰ ਸਰਕਾਰ ਵੱਲੋਂ ਮਦਦ ਮਿਲਣੀ ਹੈ। 25% ਅਸੀਂ ਖਰਚਣਾ ਪਹਿਲਾਂ, ਉਸ ਤੋਂ ਬਾਅਦ 25% ਫਿਰ ਸਰਕਾਰ ਵੱਲੋਂ ਮਿਲੇਗਾ। ਉਸ ਦਿਨ DC ਮੈਡਮ ਜਦੋਂ ਆਏ ਹੈ, ਸਾਡਾ 25% ਜਿਹੜਾ ਆਪਣੇ ਵਾਲਾ ਆ ਉਹ ਖਰਚ ਹੋ ਚੁੱਕਾ ਹੈ, ਉਹਦੀ ਜੋ ਕੰਪਲੀਟ ਕਰਨਾ ਉਹਦੀ ਚੈਕਿੰਗ ਵਾਸਤੇ ਦੇਖ ਕੇ ਜੋ ਫਾਈਲ ਤਿਆਰ ਕਰਨੀ ਅਸੀਂ ਸਬਮਿਟ ਕਰਾ ਚੁੱਕੇ ਹਾਂ, ਲੇਕਿਨ ਸਾਡਾ ਇਹ ਲਗਭਗ ਅਪ੍ਰੈਲ ਦੇ ਵਿੱਚ ਇਹਦਾ ਉਦਘਾਟਨ ਕੀਤਾ ਗਿਆ ਸੀ ਜੀ। ਅਪ੍ਰੈਲ ਦੇ ਵਿੱਚ ਡਾਕਟਰ ਸਾਹਿਬ ਆਏ ਸੀ, ਉਸ ਵੇਲੇ ਇਹਦਾ ਸ਼ੁਰੂਆਤ ਕੀਤੀ ਗਈ। ਉਹ ਤੋਂ ਪਹਿਲਾਂ ਸਰਵੇ ਵਗੈਰਾ ਕੰਮ ਕਰਦਿਆਂ ਨੂੰ ਤਾਂ ਕਾਫੀ ਹੋ ਗਿਆ ਸਮਾਂ, ਲੇਕਿਨ ਸਾਰਾ ਕੁਝ ਬਜਟ ਤਿਆਰ ਕਰਦਿਆਂ ਨੂੰ ਅਪ੍ਰੈਲ ਤੋਂ ਸਾਡਾ ਫਿਰ ਲਗਭਗ ਸਟਾਰਟ ਹੋ ਚੁੱਕਾ ਜੀ। ਅਤੇ ਕਾਫੀ ਪਿੰਡ ਨਗਰ ਵੱਡਾ ਹੋਣ ਕਰਕੇ ਸਮਾਂ ਤਾਂ ਲੱਗੇਗਾ, ਕਿਉਂਕਿ ਜੇਕਰ ਵਧੀਆ ਕੰਮ ਕਰਨਾ ਹੈ ਤਾਂ ਉਹਦੇ ਲਈ ਸਮਾਂ ਜ਼ਰੂਰ ਹੈ। ਜੇ ਜਲਦਬਾਜ਼ੀ 'ਚ ਕਰਾਂਗੇ ਫਿਰ ਸਾਡਾ ਕੰਮ ਜਿਹੜਾ ਉਨਾ ਵਧੀਆ ਨਹੀਂ ਹੋਏਗਾ, ਫਿਰ ਨਗਰ ਦੇ ਲੋਕਾਂ ਨੂੰ ਅਵੇਅਰ ਕਰਨਾ ਹੈ, ਸਮਝਾਉਣਾ, ਪਹਿਲਾਂ ਉਹਦੇ ਲਈ ਬੜਾ ਯਤਨ ਕਰਨਾ ਪਿਆ। ਉਹ ਕਾਫੀ ਯਤਨ ਕਰਕੇ ਲੋਕ ਸਾਰੇ ਸਹਿਮਤ ਹੋਏ, ਸਹਿਮਤੀ ਦੇ ਨਾਲ ਫਿਰ ਕੰਮ ਜਿਹੜਾ ਕੀਤਾ ਜਾਂਦਾ ਉਹ ਵੈਸੇ ਹੀ ਉਹਦਾ ਰਿਜ਼ਲਟ ਵਧੀਆ ਹੁੰਦਾ। ਜੇਕਰ ਅਸੀਂ ਜਲਦਬਾਜ਼ੀ 'ਚ ਕਰਾਂਗੇ ਫਿਰ ਵਧੀਆ ਨਹੀਂ। ਸਾਡੇ ਨਗਰ ਦੀ ਖਾਸੀਅਤ ਹੈ ਕਿ ਸਾਰੇ ਜਣੇ ਇੱਕ ਦੂਜੇ ਨਾਲ ਸਹਿਮਤ ਹੈ, ਜਾਂ ਸਾਰਿਆਂ ਦੀ ਇਹਦੇ ਵਿੱਚ ਕਲੈਕਟਿਵ ਨਾ ਭਾਗੀਦਾਰੀ ਹੈ, ਹਰ ਘਰ ਦੇ ਵਿੱਚੋਂ ਅਗਰਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵਿਅਕਤੀ ਇਹ ਨਾ ਕਹੇ ਵੀ ਹਾਂ ਜੀ NRI ਦੇ ਪੈਸੇ ਆ, ਨਹੀਂ, ਸਭ ਨੂੰ ਇਹ ਲੱਗੇ ਕਿ ਸਾਡਾ ਆਪਣਾ, ਸਾਡੇ 10 ਰੁਪਏ ਲੱਗੇ, 50 ਰੁਪਏ, 100 ਰੁਪਇਆ, 1000 ਰੁਪਇਆ ਲੱਗਾ ਲੱਗਾ ਆ, ਇਸ ਕਰਕੇ ਉਹਦੀ ਸੰਭਾਲ ਤਾਂ ਕਰ ਸਕਾਂਗੇ। ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਮਿਲਿਆ? ਬਿਲਕੁਲ ਜੀ, ਪਿੰਡ ਵਾਲਿਆਂ ਦਾ ਸਹਿਯੋਗ। ਮਿਨੀਮਮ ਅਮਾਊਂਟ ਰੱਖੀ ਸੀ ਤੁਸੀਂ ਕਿ ਵੀ ਇੰਨੇ ਪੈਸੇ? ਹਾਂਜੀ, ਉਹ ਅਸੀਂ ਵੱਖਰੀ ਵੱਖਰੀ ਚੀਜ਼ ਕੈਟੇਗਰੀ ਰੱਖੀ ਹੈ, ਜਿੱਦਾਂ NRI ਆ ਉਹਨਾਂ ਲਈ ਵੱਖਰਾ ਆ, ਜੇ ਕੋਈ ਜੋਬ ਵਾਲਾ ਆ, ਸਰਕਾਰੀ ਜੋਬ ਵਾਲਾ, ਉਹਦੇ ਲਈ ਵੱਖਰਾ ਆ, ਦੁਕਾਨਦਾਰ ਲਈ ਵੱਖਰਾ, ਇੱਕ ਚੰਗਾ ਕਿਸਾਨ ਜਿਹੜਾ ਉਹਦੇ ਲਈ ਵੱਖਰਾ, ਰਿਟਾਇਰ ਜਿਹੜੇ ਬੰਦੇ ਆ ਉਹਨਾਂ ਲਈ ਵੱਖਰਾ। ਪੂਰਾ ਐਨਾਲਿਸਿਸ ਕਰਕੇ ਇੱਕ ਕ੍ਰਾਈਟੀਰੀਆ ਬਣਾਇਆ, ਉਸ ਕ੍ਰਾਈਟੀਰੀਏ ਦੇ ਮੁਤਾਬਕ ਹੀ ਘਰ ਪ੍ਰਤੀ ਜਿਵੇਂ ਪਤਾ ਆ ਵੀ ਇੱਦਾਂ ਕੋਈ ਇਨਕਮ ਦਾ ਸਾਧਨ ਕੀ ਹੈ, ਅਤੇ ਉਸ ਲੈਵਲ ਦੇ ਨਾਲ, ਅਤੇ ਅਸੀਂ ਇੱਕ ਮਜ਼ਦੂਰ ਹੈ ਉਹਦਾ ਆਪਣਾ ਲੈਵਲ ਹੈ, ਉਹਦੇ ਕੋਲ ਉਸ ਹਿਸਾਬ ਨਾਲ ਕਲੈਕਸ਼ਨ ਲਈ ਹੈ, ਅਤੇ ਸਾਰਿਆਂ ਦਾ ਇਕੱਠਾ ਇੱਕ ਨਹੀਂ ਰੱਖਿਆ, ਇੱਕ ਰੇਸ਼ੋ ਇਕੱਠੀ ਨਹੀਂ ਹੈ, ਅਲੱਗ ਅਲੱਗ ਰੇਸ਼ੋ ਹੈ ਜੀ। ਬਹੁਤ ਸੋਹਣਾ ਇਹ ਮਤਲਬ ਇੱਕ ਉਪਰਾਲਾ ਆ। ਹਾਂਜੀ, ਅਤੇ ਪਿੰਡ ਵਿੱਚ ਜਿੱਦਾਂ ਕਿੰਨੇ ਘਰ ਆ ਸਾਡੇ ਜੀ? ਟੋਟਲ ਆਬਾਦੀ ਹੈਗੀ ਹੈ ਜੀ 2200 ਦੇ ਲਗਭਗ,
ਤੇ 500 ਪਲੱਸ ਘਰ ਆ ਆਪਣੇ ਹਨ 500 ਪਲੱਸ ਘਰ ਹੈ ਤੇ ਨਗਰ ਸਾਡਾ ਵੱਡਾ ਆ ਤੇ ਸਾਡੇ ਬਚਿੱਤਰ ਸਿੰਘ ਹੋਣੀ ਆ ਜਿਹੜੇ ਸਾਡੀ ਕਮੇਟੀ ਕੰਮ ਸਾਰੇ ਜਣੇ ਕਮੇਟੀ ਰਲ ਕੇ ਕਰਦੀ ਆ ਪ੍ਰਿੰਸੀਪਲ ਤਰਸੇਮ ਸਿੰਘ ਆ ਡਾਕਟਰ ਗੁਰਪ੍ਰੀਤ ਸਿੰਘ ਦੇ ਫਾਦਰ ਸਾਹਿਬ ਉਹ ਪ੍ਰਧਾਨ ਨੇ ਕਮੇਟੀ ਦੇ ਤੇ ਬਚਿੱਤਰ ਸਿੰਘ ਹੋਣੀ ਜਿਹੜੇ ਆ ਕੈਸ਼ੀਅਰ ਹੈ ਤੇ ਬਾਕੀ ਸਾਰੇ ਮੈਂਬਰ ਜਿਹੜੇ ਆ ਰਲ ਮਿਲ ਕੇ ਸਹਿਯੋਗ ਨਾਲ ਸਮੇਂ ਸਮੇਂ 'ਤੇ ਇਨਸਪੈਕਸ਼ਨ ਲਈ ਬੰਦਾ ਇੱਕ ਆਪਣੇ ਪਿੰਡ ਦਾ ਨਗਰ ਦਾ ਰੱਖਿਆ ਹੋਇਆ ਸਾਰੇ ਸਮਾਨ ਦਾ ਜਿਹੜਾ ਕਿਉਂਕਿ ਔਡਰ ਸਾਰਾ ਕੁਛ ਕਲੀਅਰ ਕਰਨਾ ਪੈਂਦਾ ਕਿੰਨਾ ਪਾਈਪ ਕਿੰਨਾ ਕੁਛ ਸੀਮਿੰਟ ਸਵੇਰੇ ਉਹਨਾਂ ਨੂੰ ਰਿਲੀਜ਼ ਕਰੀਦਾ ਆ ਅਤੇ ਉਹ ਤੋਂ ਬਾਅਦ ਸ਼ਾਮ ਨੂੰ ਰਿਪੋਰਟ ਲਈਦੀ ਆ ਵੀ ਹਾਂ ਇੰਨਾ ਕੰਮ ਹੋਇਆ ਤਾਂ ਵਾਕਿਆ ਐਕਚੁਅਲ ਉਹਨਾਂ ਚੀਜ਼ ਲੱਗੀ ਆ ਕਿ ਨਹੀਂ ਲੱਗੀ ਉਹ ਸਾਰਾ ਟਾਰਾ ਮਿਹਨਤ ਕਰਨ ਲਈ ਬਚਿੱਤਰ ਸਿੰਘ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਪੈਸੇ ਵੀ ਹੋ ਸਕਦੇ ਆ ਸਭ ਕੁਛ ਹੋ ਸਕਦਾ ਪਰ ਜਿਹੜੀ ਕੇਅਰ ਕਰਨੀ ਹੈ ਧਿਆਨ ਦੇਣਾ ਉਸ ਲਈ ਸਾਡੇ ਸਾਨੂੰ ਮਾਣ ਹੈ ਕਿ ਸਾਡਾ ਛੋਟਾ ਵੀਰ ਬਚਿੱਤਰ ਸਿੰਘ ਜਿਹੜਾ ਬਹੁਤ ਜਿੰਨੀ ਜ਼ਿੰਮੇਵਾਰੀ ਦਿੱਤੀ ਉਸ ਜ਼ਿੰਮੇਵਾਰੀ ਤੋਂ ਵੱਧ ਜਾ ਕੇ ਕੰਮ ਕਰ ਰਿਹਾ ਵੱਡੀ ਗੱਲ ਹੁੰਦੀ ਜੀ ਸੁਪਰਵਿਜ਼ਨ ਕਰਨਾ ਸੁਪਰਵਿਜ਼ਨ ਬਹੁਤ ਆ ਜੇਕਰ ਸੁਪਰਵਾਈਜ਼ਰ ਨਹੀਂ ਰੱਖੇ ਹੁੰਦੇ ਨਾ ਨਾ ਬੜਾ ਔਖਾ ਕੰਮ ਹੈ ਸੌਖਾ ਕੰਮ ਨਹੀਂ ਹੈ ਇਹ ਬੜਾ ਔਖਾ ਕੰਮ ਹੈ ਜਿਹਨੂੰ ਹਰ ਇੱਕ ਬੰਦੇ ਦੀ ਸੁਣਨੀ ਵੀ ਹੈ ਹਰ ਇੱਕ ਬੰਦੇ ਦੀ ਸਲਾਹ ਵੀ ਲੈਣੀ ਹੈ ਫਿਰ ਸਹੀ ਜਿਹੜੀ ਹੈ ਸੋਚ ਉਹਦੇ ਮੁਤਾਬਕ ਕੰਮ ਕਰਨਾ ਸਾਡੇ ਨਗਰ ਦੀ ਪੰਚਾਇਤ ਹੈ ਜਿਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਨਾਲ ਸਾਰੇ ਇੱਕ ਮੁੱਠ ਹੋ ਕੇ ਸਾਰਾ ਕੰਮ ਕਰ ਰਹੇ ਆ ਜੋੜੀਆਂ ਹੋਈਆਂ ਨੇ ਇੱਥੇ ਹੁਣ ਸਾਡਾ ਪਾਣੀ ਚੱਲ ਰਿਹਾ ਇਹ ਆਹ ਦੇਖੋ ਤੁਸੀਂ ਬਹੁਤ ਜ਼ਿਆਦਾ ਸਾਡਾ ਮਾੜਾ ਹਾਲ ਸੀ ਇੱਥੇ ਦੀਵਾਰਾਂ ਦੇ ਵਿੱਚ ਪਾਣੀ ਨੀਆਂ 'ਚ ਜਾਂਦਾ ਸੀ ਔਰ ਜਿਹੜੇ ਇੰਨੇ ਕੀਮਤੀ ਮਕਾਨ ਆ ਉਹ ਖਰਾਬ ਹੋ ਰਹੇ ਸੀ ਅਤੇ ਸਮੈਲ ਆਉਂਦੀ ਸੀ ਮੱਛਰ ਸੀ ਬਿਮਾਰੀ ਦਾ ਘਰ ਸੀ ਅੱਜ ਇਹ ਸੁੱਕਾ ਪਿਆ ਹਜੇ ਫਾਈਨਲ ਟੱਚ ਦੇਣਾ ਇਹਨੂੰ ਬਾਅਦ ਵਿੱਚ ਇਹਦਾ ਲੈਵਲ ਕਰਕੇ ਬਲੋਕ ਲੱਗਣੇ ਆ ਫਿਰ ਬਿਊਟੀਫਿਕੇਸ਼ਨ ਕਰਾਂਗੇ ਕੁਛ ਇੱਧਰ ਲਾਈਨ ਸਾਡੀ ਪਈ ਆ ਇੱਧਰ ਪਾਸੇ ਇਹ ਲਾਈਨ ਸਾਡੀ ਉੱਦਾਂ ਆ ਅਸੀਂ ਇੱਥੇ ਬੂਟੇ ਛੋਟੇ ਲਾਉਣੇ ਆ ਜਿਹੜੇ ਵਧੀਆ ਸਜਾਵਟੀ ਬੂਟੇ ਛੋਟੇ ਛੋਟੇ ਜਦੋਂ ਫਾਈਨਲ ਕਰਨਾ ਪਏ ਹੋਲ ਰੱਖਣੇ ਆ ਉਹਨਾਂ ਵਿੱਚ ਲਾਵਾਂਗੇ ਹੋਰ ਜਿਹੜਾ ਵੱਡੀ ਸੜਕ ਹੈ ਸਾਡੀ ਇਹਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡੀ ਇੱਕ ਲਾਈਟ ਦੇ ਉੱਤੇ ਪੈ ਰਹੀ ਆ ਲਾਈਨ ਇਹਦੇ ਨਾਲ ਹੀ ਮੇਨ ਲਾਈਨ ਦੇ ਨਾਲ ਸਾਡਾ ਜਿਹੜਾ ਸਾਰੇ ਦਾ ਸਾਰਾ ਪਿੰਡ ਦਾ ਸਿਸਟਮ ਜਿਹੜਾ ਟੱਚ ਹੈ ਇਸ ਲਾਈਨ ਦੇ ਨਾਲ ਇੱਥੇ ਹੀ ਪਾਣੀ ਆਣ ਕੇ ਜੋੜਿਆ ਹੋਇਆ ਅਤੇ ਇਸ ਲਾਈਨ ਵਿੱਚ ਦੀ ਪਾਣੀ ਜਾ ਰਿਹਾ ਠੀਕ ਆ ਠੀਕ ਆ ਅਤੇ ਜਿੱਦਾਂ ਇੱਕ ਗੱਲ ਮੈਂ ਜਾਣਨੀ ਚਾਹੁੰਦਾ ਮੈਂ ਦੇਖਿਆ ਵੀ ਜਿੱਦਾਂ ਥੋੜ੍ਹਾ ਜਿਹਾ ਇੱਧਰ ਆਇਓ ਮੈਂ ਹੁਣ ਆਉਂਦੇ ਹੋਏ ਨਾ ਇੱਧਰੋਂ ਦੇਖਿਆ ਜਿੱਦਾਂ ਆਇਆ ਇੱਧਰ ਪਾਣੀ ਇਸ ਜਗ੍ਹਾ ਤੇ ਆ ਰਿਹਾ ਪਾਈਪ ਚ ਉਹ ਪਾਣੀ ਇਕੱਠਾ ਇੱਕ ਜਗ੍ਹਾ ਅੰਦਰੋਂ ਕਰਕੇ ਜੇਕਰ ਅੰਦਰ ਨਹੀਂ ਹੈ ਤੇ ਉਹ ਉਹਨਾਂ ਦਾ ਖਰਚਾ ਹੈ ਕਿ ਉਹ ਪਾਈਪ ਪਾ ਕੇ ਇੱਕ ਜਗ੍ਹਾ ਇਕੱਠਾ ਕਰਨਗੇ ਬਾਹਰਲਾ ਖਰਚਾ ਅਸੀਂ ਸੁਸਾਇਟੀ ਨੇ ਕਰਨਾ ਹੈ ਅੰਦਰਲਾ ਖਰਚਾ ਨਹੀਂ ਅੰਦਰ ਖਰਚਾ ਉਹਨਾਂ ਨੇ ਕਰਨਾ ਜੇ ਕਿਤੇ ਇੱਦਾਂ ਦੀ ਪ੍ਰੋਬਲਮ ਆ ਫਿਰ ਜਿੰਨੇ ਖਾਲੀ ਪਲਾਟ ਆ ਆਹ ਦੇਖੋ ਸਾਡੇ ਕੋਲ ਉਹ ਬਣੀ ਹੋਈ ਨਾ ਇੱਧਰ ਖਾਲੀ ਪਲਾਟ ਉਹਨਾਂ ਸਾਰੀਆਂ ਤੇ ਜੀਟੀ ਦੇ ਛੱਡੀ ਹੈ ਕੱਲ ਨੂੰ ਆਉਣ ਵਾਲੇ ਸਮੇਂ 'ਚ ਉੱਥੇ ਮਕਾਨ ਬਣੇ ਤਾਂ ਉਹ ਆਲਰੇਡੀ ਕਨੈਕਸ਼ਨ ਦੇ ਸਕਣ ਚਲੋ ਇੱਕ ਹੋਰ ਸਭ ਤੋਂ ਵੱਡੀ ਗੱਲ ਜੋ ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਇਹ ਹੋ ਜਾਏਗਾ ਕੰਮ ਚਲੋ ਹਾਂਜੀ ਹੁਣ ਇੱਕ ਜਿੱਦਾਂ ਖਰਚਾ ਤਾਂ ਹੋ ਜਾਏਗਾ ਸਭ ਬਣ ਜਾਏਗਾ ਇਹ ਉਸ ਤੋਂ ਬਾਅਦ ਤੁਸੀਂ ਚਲੋ ਹਜੇ ਲੰਬਾ ਪ੍ਰੋਸੈਸ ਹੈ ਪਰ ਮੈਂ ਬਹੁਤ ਜਗ੍ਹਾ ਚੀਜ਼ਾਂ ਦੇਖੀਆਂ ਚੀਜ਼ਾਂ ਸੰਭਾਲੀਆਂ ਨਹੀਂ ਜਾਂਦੀਆਂ ਬਿਲਕੁਲ ਸਹੀ ਗੱਲ ਉਹਦੇ ਵਿੱਚ ਗੰਦ ਫਸਣ ਲੱਗ ਪਿਆ ਕੋਈ ਕਰਮਚਾਰੀ ਨਹੀਂ ਰੱਖਿਆ ਤੁਸੀਂ ਠੀਕ ਹੈ ਇਦਾਂ ਦਾ ਕੁਝ ਹੁਣੇ ਸੋਚ ਕੇ ਲੈ ਕੇ ਚੱਲ ਦੇਖੋ ਇਹਦਾ ਮੈਂ ਬਹੁਤ ਅਰਲੀ ਪੁੱਛ ਰਿਹਾ ਤੁਹਾਨੂੰ ਨਹੀਂ ਉਹਦਾ ਸਾਡੇ ਕੋਲ ਹੈ ਜ਼ਰੂਰ ਹੈ ਲੇਕਿਨ ਜਿੱਦਾਂ ਹੁਣ ਜੀਟੀ ਹੈ ਜੇਕਰ ਇਹਦੇ ਵਿੱਚ ਕੋਈ ਚੀਜ਼ ਫਸਦੀ ਹੈ ਤੇ ਬਲੌਕ ਹੋ ਜਾਣੀ ਆ ਜਾਲੀ ਲੱਗੀ ਆ ਇਹਦੇ ਵਿੱਚ ਜਾਲੀ ਲੱਗੀ ਹੋਈ ਆ ਆਹ ਦੇਖੋ ਹਾਂਜੀ ਇਹਨੂੰ ਚੱਕੋਗੇ ਨਾ ਤੁਸੀਂ ਤੇ ਆਹ ਦੇਖੋ ਇਹਦੇ ਵਿੱਚ ਜਾਲੀ ਲੱਗੀ ਹੋਈ ਆ ਇਦਾਂ ਚੱਕ ਕੇ ਇਹਦੀ ਸਫਾਈ ਕਰਨੀ ਇਹਦੀ ਉਹ ਜਾਲੀ ਲੱਗੀ ਹੋਈ ਆ ਠੀਕ ਆ ਜੀ ਹਾਂਜੀ ਹੁਣ ਮੰਨ ਲਓ ਇੱਥੇ ਇਹਨਾਂ ਦੇ ਘਰ ਵੱਲੋਂ ਨਹੀਂ ਕੇਅਰ ਕੀਤੀ ਗਈ ਸਮਾਨ ਆ ਗਿਆ ਇਹ ਬਲੌਕ ਹੋ ਗਈ ਬਲੌਕ ਹੋਣ ਕੇ ਸਾਰੀ ਭਰ ਜਾਣੀ ਪਾਣੀ ਨਾਲ ਪਾਣੀ ਬਾਹਰ ਆਉਣਾ ਜਦੋਂ ਵੀ ਕਿਸੇ ਨੇ ਲੰਘਣਾ ਜਾਂ ਹਰ ਇੱਕ ਨੇ ਇਹਨਾਂ ਨੂੰ ਕਹਿਣਾ ਵੀ ਤੁਸੀਂ ਆਪਣੀ ਜੀਟ ਦਾ ਧਿਆਨ ਕਿਉਂ ਨਹੀਂ ਰੱਖਦੇ ਇਹਨਾਂ ਦੀ ਸਫਾਈ ਇਹਨਾਂ ਨੇ ਕਰਨੀ ਮੇਨ ਲਾਈਨ 'ਚ ਨਹੀਂ ਕੋਈ ਚੀਜ਼ ਐਸੀ ਜਾਊਗੀ ਬਲੌਕ ਨਹੀਂ ਹੋ ਸਕਦੀ ਇੱਥੇ ਹੀ ਪ੍ਰੋਬਲਮ ਆਏਗੀ ਜੇ ਆਏਗੀ ਅੱਗੇ ਨਹੀਂ ਤੇ ਇਹਦੀ ਸਫਾਈ ਇਹਨਾਂ ਨੇ ਆਪਣੇ ਆਪ ਕਰਨੀ ਆ ਜਿਵੇਂ ਹੁਣ ਸਬਜ਼ੀ ਵਗੈਰਾ ਆ ਜਾਂ ਕੋਈ ਚੀਜ਼ ਆ ਉਹਦੇ ਲਈ ਇਹਨਾਂ ਨੂੰ ਬਾਲਟੀ ਕੋਈ ਡਸਟਬਿਨ ਰੱਖਣਾ ਪਊਗਾ ਜੇ ਸਿਰ ਦੇ ਵਾਲ ਹੈ ਬਾਥਰੂਮ ਅਸੀਂ ਯੂਜ਼ ਕਰਦੇ ਹਾਂ ਉਹਦੇ ਵਿੱਚ ਸਿਰ ਦੇ ਵਾਲ ਇਹ 'ਚ ਆਉਣਗੇ ਨਹੀਂ ਅੰਦਰ ਜਾਣਗੇ ਬਲੌਕ ਹੋ ਜਾਊਗਾ ਉਹਨੂੰ ਸਾਨੂੰ ਬਾਹਰ ਰੱਖਣਾ ਪਊਗਾ ਹੁਣ ਅਵੇਅਰ ਕਰ ਰਹੇ ਹੌਲੀ ਹੌਲੀ ਮੰਨ ਲਓ ਇਹ ਚੱਲ ਰਹੀ ਆ ਇੱਥੇ ਪ੍ਰੋਬਲਮ ਆਈ ਜਦੋਂ ਇਹਨਾਂ ਦੀ ਪ੍ਰੋਬਲਮ ਹੋਈ ਫਿਰ ਸਾਨੂੰ ਆਉਣਾ ਪੈਂਦਾ ਕੋਈ ਨਾ ਕੋਈ ਲੰਘਦੇ ਵੀ ਤੁਹਾਡੇ ਆਹ ਦੇਖੋ ਕੀ ਚੀਜ਼ ਆ ਇਹਦਾ ਧਿਆਨ ਅੰਦਰ ਰੱਖੋ ਹੌਲੀ ਹੌਲੀ ਅੰਦਰ ਲੋਕਾਂ ਨੇ ਆਪਣੇ ਜਾਲੀਆਂ ਲਵਾ ਲਈਆਂ
ਆ ਤੇ ਡਸਟਬਿਨ ਵੱਖਰੇ ਰੱਖ ਲਏ ਉਹਨਾਂ ਨੇ ਇਹ ਫਰਕ ਤਾਂ ਪੈਣਾ ਹੀ ਆ ਅਵੇਅਰ ਤਾਂ ਕਰਨਾ ਹੀ ਪਊਗਾ ਬਹੁਤ ਸੋਹਣੀ ਗੱਲ ਤੁਸੀਂ ਕਹੀ ਜਿਹੜੀ ਚਲੋ ਮੇਰੇ ਦਿਮਾਗ 'ਚ ਸੀ ਇੱਕ ਹੋਰ ਆ ਚਲੋ ਇਹ ਸੀਵਰੇਜ ਤੋਂ ਇਲਾਵਾ ਜਿੱਦਾਂ ਇੱਥੇ ਜੋ ਕੂੜਾ ਕਰਕਟ ਆ ਗਿੱਲਾ ਸੁੱਕਾ ਨਹੀਂ ਉਹਦੇ ਨਹੀਂ ਹਜੇ ਨਹੀਂ ਬਿਲਕੁਲ ਨਹੀਂ ਜੀ ਉਹ ਨਹੀਂ ਸਾਡੇ ਹੁਣ ਉਦੋਂ ਡੀਸੀ ਮੈਡਮ ਆਏ ਸੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹੀ ਗੱਲ ਕੀਤੀ ਸੜਨਾ ਵੀ ਤੁਹਾਡੇ ਹੈ ਮੈਂ ਕਹਾਂ ਜੀ ਸਾਡੇ ਹੈ ਨਹੀਂ ਉਹਨੇ ਵੀਡੀਓ ਸਾਹਿਬ ਨੂੰ ਉਸਨੇ ਕਹਿਤਾ ਵੀ ਜਦੋਂ ਏਡਾ ਵੱਡਾ ਕੰਮ ਹੋ ਰਿਹਾ ਤਾਂ ਉਹਦੇ ਲਈ ਕਰੋ ਉਹ ਕਹਿੰਦੇ ਵੀ ਸਾਨੂੰ 2 ਕਨਾਲ ਜ਼ਮੀਨ ਚਾਹੀਦੀ ਆ ਸਾਡੇ ਪਿੰਡ ਦੀ ਨਾ ਪੰਚਾਇਤ ਦੀ ਜ਼ਮੀਨ ਹੈ ਨਹੀਂ ਅਤੇ ਸਾਡੇ ਪਰ ਇੱਦਾਂ ਹੈ ਵੀ ਸਾਡੇ ਆਲੇ ਦੁਆਲੇ ਹੈ ਕੁਛ ਇਹੋ ਜਿਹਾ ਰਕਬੇ ਜਿਹੜੇ ਸਾਂਝੇ ਆ ਮੁਸ਼ਤਰਕ ਖਾਤੇ ਇਕੱਠੇ ਅਤੇ ਅਸੀਂ ਉਹਨਾਂ ਨੂੰ ਕਿਹਾ ਸੀ ਅਸੀਂ ਉਹਨਾਂ 'ਚੋਂ ਦੇ ਦਿੰਦੇ ਹਾਂ ਫਿਰ ਫਿਰ ਸਾਨੂੰ ਪਤਾ ਲੱਗ ਗਿਆ ਸਿਆਣੇ ਬੰਦਿਆਂ ਨੇ ਸਾਨੂੰ ਦੱਸਤਾ ਵੀ ਇੱਕ ਜਗ੍ਹਾ ਹੈ ਸਾਡੀ ਪੰਚਾਇਤ ਉਹ ਨੇੜੇ ਹੀ ਆ ਉਹ ਫਿਰ ਕਹਿੰਦੇ ਵੀ ਤੁਹਾਨੂੰ ਉੱਥੇ ਅਸੀਂ ਡੰਪ ਬਣਾ ਕੇ ਦੇਵਾਂਗੇ ਅਤੇ ਉਹ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਕੰਮ ਕਰਨਾ ਤਾਂ ਫਿਰ ਤੋਂ ਅਗਲਾ ਸਟੈਪ ਉਹ ਆ ਜੇ ਹੁਣ ਇਹ ਹਾਂਜੀ ਠੀਕ ਆ ਸੋਰੀ ਅਤੇ ਹੁਣ ਜਿੱਦਾਂ ਇਹ ਸੀਵਰੇਜ ਹੈ ਤੁਹਾਡਾ ਇਹ ਵਾਲਾ ਇਹ ਹੁਣ ਜਿੱਥੇ ਜਾ ਕੇ ਇਹਦਾ ਪਾਣੀ ਪੈਣਾ ਅੱਗੇ ਛੱਪੜ 'ਚ ਕਿੱਦਾਂ ਆ ਉੱਥੇ ਕੋਈ ਪਲਾਂਟ ਲੱਗਾ ਨਹੀਂ ਉੱਥੇ ਦੇਖੋ ਸਾਡਾ ਜੀ ਇੱਕ ਬਹੁਤ ਵੱਡਾ ਨਾ ਉੱਥੇ ਹੌਜ ਬਣਨਾ ਆ ਸੈਪਟਿਕ ਟੈਂਕ ਉਹਨੂੰ ਕਹਿੰਦੇ ਆ ਇੱਧਰਲੇ ਪਾਸੇ ਆ ਜੌੜਾਂ ਵਾਲੀ ਸਾਈਡ 'ਤੇ ਪੁੜੀ ਜਿਹੜੀ ਆ ਟੈਂਕੀ ਤੋਂ ਉਰਲੇ ਪਾਸੇ ਪੁੜੀ ਉੱਥੇ ਬਣਨਾ ਇਸੇ ਪ੍ਰੋਜੈਕਟ ਦਾ ਹਿੱਸਾ ਹਾਂਜੀ 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 ਬਿਲਕੁਲ ਉਹਦੇ ਵਿੱਚ ਸਾਰਾ ਪਾਣੀ ਪਾਈਪ ਰਾਹੀਂ ਉਹਦੇ ਵਿੱਚ ਜਾਣਾ ਉਹਦੇ ਵਿੱਚ ਸੈਪਰੇਟ ਵੱਖਰੇ ਵੱਖਰੇ ਹੌਜ ਬਣੇ ਹੋਏ ਆ ਪੋਰਸ਼ਨ ਬਣਨੇ ਆ ਅਪਰ ਮਾਡਲ ਜਿਹੜਾ ਕਹਿੰਦੇ ਆ ਉਹ ਹਾਂਜੀ ਉਹ ਪਹਿਲੇ ਦੇ ਵਿੱਚ ਜੇਕਰ ਕੋਈ ਜਾਂਦਾ ਮੰਨ ਲਓ ਘੁਲਿਆ ਹੋਇਆ ਚੀਜ਼ ਚਲ ਗਈ ਉਹ ਜਿਹੜਾ ਪੱਕਾ ਜਿਹਨੂੰ ਕਹਿ ਸਕਦੇ ਹਾਂ ਕਿ ਵੇਸਟ ਮਟੀਰੀਅਲ ਅਤੇ ਉਹ ਜਾ ਕੇ ਉਹ 'ਚ ਬਹਿ ਜਾਊਗਾ ਪਾਣੀ ਤਰ ਕੇ ਅਗਲੇ 'ਚ ਜਾਊਗਾ ਫਿਰ ਅਗਲੇ 'ਚ ਜਾਊਗਾ ਫਿਰ ਸਾਡਾ ਪ੍ਰੋਜੈਕਟ ਆ ਵੀ ਉੱਥੋਂ ਜਦੋਂ ਇਹ ਕੰਮ ਹੋ ਗਿਆ ਫਿਰ ਅਸੀਂ ਉਹਨੂੰ ਐਗਰੀਕਲਚਰ ਦੇ ਵਾਸਤੇ ਉਸ ਪਾਣੀ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਅੱਗੇ ਪਾਈਪ ਨਾਲ ਜਾਂ ਪੰਪ ਨਾਲ ਟੁੱਲੂ ਪੰਪ ਨਾਲ ਕਿਸੇ ਤਰੀਕੇ ਨਾਲ ਖੇਤਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਉਹ ਤਾਕਤ ਵਾਲਾ ਪਾਣੀ ਹੈ ਅਤੇ ਉਹ ਚੰਗੀ ਚੀਜ਼ਾਂ ਲਾਗੇ ਜ਼ਮੀਨ ਹੈਗੀ ਇਸ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਿਆ ਜਾਵੇ ਸਾਡੇ ਕੋਲ ਇੱਕ ਟੈਕਨੀਕਲੀ ਗੱਲ ਆ ਪਿੰਡ ਵੀ ਵੱਡਾ 2200 ਦੀ ਆਬਾਦੀ ਆ ਵਧਣੀ ਹੈ ਘਟਣੀ ਤਾਂ ਨਹੀਂ ਨਾ ਅਤੇ ਸਾਡੇ ਕੋਲ ਜਿਹੜੀ ਪਾਈਪਲਾਈਨ ਹੈ ਨਾ ਇਹ ਜਿਹੜੀ ਮੇਨ ਪਾਈਪਲਾਈਨ ਹੈ ਉਹ ਸਾਡੀ 6 ਇੰਚ ਦੀ ਹੈ ਨਹੀਂ ਤਾਂ ਆਮ ਤੌਰ 'ਤੇ ਅਸੀਂ ਦੇਖੋਗੇ 6 ਇੰਚ ਦੀ ਨੂੰ ਸਾਡੇ ਪਿੰਡ ਵੀ ਸਾਰੇ ਕਹਿੰਦੇ ਸੀ 6 ਇੰਚ ਦੀ ਪਾਈਪ ਬਹੁਤ ਛੋਟੀ ਆ ਪਾਣੀ ਨਹੀਂ ਚੱਕਣਾ ਇਹਦੇ ਵਿੱਚ ਇੱਕ ਦੂਸਰੀ ਗੱਲ ਨਾ ਸਾਡਾ ਇਹ ਪਾਣੀ ਬਾਰਿਸ਼ ਦਾ ਪਾਣੀ ਬਿਲਕੁਲ ਨਹੀਂ ਹੈ ਸਿਰਫ ਬਾਥਰੂਮ ਰਸੋਈ ਅਤੇ ਉਹ ਸਾਡਾ 6 ਇੰਚ ਦਾ ਪਾਈਪ ਵੀ ਇਸ ਨਾਲ ਲਗਭਗ ਮੇਰੇ ਹਿਸਾਬ ਨਾਲ ਸਾਡਾ 25-30% ਕਹਿ ਸਕਦੇ ਹਾਂ ਅੱਧੇ ਪਿੰਡ ਦਾ ਪਾਣੀ ਇਸ ਪਾਈਪਲਾਈਨ 'ਚ ਜਾਣ ਲੱਗ ਪਿਆ ਹਾਲੇ ਤੱਕ 4th ਹਿੱਸਾ ਪਾਈਪ 6 ਇੰਚ ਦਾ ਵੀ ਭਰ ਰਿਹਾ ਆ ਜਿੰਨਾ ਵੱਡਾ ਪਿੰਡ ਹੋਣ ਦੇ ਬਾਅਦ ਜਿੰਨਾ ਇਸ ਲਾਈਨ 'ਤੇ ਸਭ ਤੋਂ ਵੱਡਾ ਲੋਡ ਆ ਇਸ ਲੋਡ ਥੋੜ੍ਹਾ ਜਿਹਾ ਹਿੱਸਾ ਰਹਿ ਗਿਆ ਬਾਕੀ ਸਾਰਾ ਹੀ ਘਰਾਂ ਦਾ ਪਾਣੀ ਜਾ ਰਿਹਾ ਉਹ ਹਾਫ ਵੀ ਨਹੀਂ ਹੋਇਆ ਅਤੇ ਜਿਹੜਾ ਮਨਾਂ 'ਚ ਹਾਂ ਪਿੰਡਾਂ ਦੇ ਲੋਕਾਂ ਲਈ ਪਹਿਲੋਂ ਡਰ ਸੀ ਵੀ ਕਿਤੇ ਬਲੋਕ ਹੋ ਜਾਊਗਾ ਛੋਟਾ ਆ ਇਹ ਸਰਨਾ ਨਹੀਂ ਹਜੇ ਤੱਕ ਸਾਡਾ 4th ਹਿੱਸਾ ਮਸੀਂ ਉਹ ਭਰਨ ਲੱਗਾ ਬਾਕੀ ਸਾਰੇ ਓਪਨ ਪਿਆ ਖਾਲੀ ਇਹ ਪਾਈਪ ਜਿਹੜੀ ਸਾਡੀ 4 ਇੰਚ ਦੀ ਆ ਇੱਥੇ ਪਾਈ ਜਿਹੜੀ ਆ ਸਾਰੀ ਹਾਂਜੀ ਬਹੁਤ ਚੰਗਾ ਲੱਗਾ ਜਾਣ ਠੀਕ ਹੈ ਥੈਂਕ ਯੂ ਅਤੇ ਮੈਂ ਉੱਦਾਂ ਸਾਰੇ ਜਿੱਦਾਂ ਜੋ ਵੀ ਸਾਰੇ ਸਾਡੇ ਪੰਜਾਬ 'ਚ ਜਿਹੜੇ ਵੀ ਪਿੰਡ ਆ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਜੋ ਵੀ ਇਸ ਵੀਡੀਓ ਨੂੰ ਸੁਣ ਰਹੇ ਹੋਵੋਗੇ ਅਤੇ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਪਿੰਡ ਦੇ ਜਿੰਨੇ ਵੀ ਕੋਈ ਵੀ NRI ਬੰਦੇ ਆ ਜਾਂ ਕੋਈ ਵੀ ਬਾਹਰ ਗਿਆ ਆ ਉਹ ਜ਼ਰੂਰ ਆਪਣੇ ਪਿੰਡ ਵਿੱਚ ਹੈਲਪ ਕਰਨ ਜਿੱਦਾਂ ਇਸ ਧੁੱਗਾ ਕਲਾਂ ਪਿੰਡ ਦੇ ਵਿੱਚ NRI ਵੀਰ ਹੈਲਪ ਕਰ ਰਹੇ ਆ ਅਤੇ ਆ ਦੇਖੋ ਸੀਵਰੇਜ ਪੂਰਾ ਵਿਛ ਰਿਹਾ ਇੱਥੇ ਕਾਫੀ 2 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਆ ਇਹ ਅਤੇ ਇੱਦਾਂ ਮੈਂ ਪਿੰਡ ਹਰ ਇੱਕ ਪਿੰਡ ਦੇ ਵਿੱਚ ਕੁਛ NRI ਵੀਰ ਸਹਿਯੋਗ ਕਰਨ ਤਾਂ ਹਰ ਪਿੰਡ ਬਹੁਤ ਵਧੀਆ ਬਣ ਜਾਏਗਾ ਅਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਮੈਂਬਰਾਂ ਦਾ ਅਤੇ ਫਿਰ ਮਿਲਾਂਗੇ ਜੀ ਜ਼ਰੂਰ ਓਕੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ